ਅੱਗੇ ਦੱਸਦੇ ਹਾਂ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੰਗਤ ਦਰਸ਼ਨਾਂ 'ਚ ਬੇਸ਼ੱਕ ਆਮ ਜਨਤਾ ਦੀਆਂ ਮੁਸ਼ਕਿਲਾਂ ਦੂਰ ਕਰਨ ਦੇ ਦਾਅਵੇ ਵੀ ਕਰਦੇ ਰਹੇ ਨੇ, ਪਰ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਜਾ ਦਾ ਹਾਲ ਕੀ ਹੈ ਦੇਖੋ ਪ੍ਰਜਾ ਦੀ ਇੱਕ ਰਿਪੋਰਟ। ਸਾਡੇ ਸੀਐਮ ਸਾਹਿਬ ਦੀ ਸੰਗਤ ਦਰਸ਼ਨ ਦੀ ਰਿਪੋਰਟ ਤਾਂ ਤੁਸੀਂ ਦੇਖ ਤੇ ਸੁਣ ਹੀ ਲਈ, ਪਰ ਹੁਣ ਜਾਣਦੇ ਆ ਪ੍ਰਜਾ ਦਾ ਹਾਲ, ਯਾਨੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਜਾ ਉਹਨਾਂ ਦੇ ਰਾਜ ਵਿੱਚ ਕਿੰਨੀ ਕੁ ਖੁਸ਼ ਹੈ। ਦੇਖੋ ਤਸਵੀਰਾਂ ਤੁਸੀਂ ਪ੍ਰਦਰਸ਼ਨ ਕਰਦੇ ਲੋਕਾਂ ਦੀਆਂ, ਜੋ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕੱਲ ਤੋਂ ਡੀਸੀ ਦਫ਼ਤਰ ਦੇ ਬਾਹਰ ਭੁੱਖ ਹੜਤਾਲ ਤੇ ਬੈਠੇ ਨੇ। ਇਸ ਭੁੱਖ ਹੜਤਾਲ ਦੇ ਵਿੱਚ ਔਰਤਾਂ ਵੀ ਸ਼ਾਮਿਲ ਸੀ। ਹੱਕੀ ਮੰਗਾਂ ਦੇ ਦੌਰਾਨ ਪ੍ਰਦਰਸ਼ਨ ਕਰਦੇ ਹੋਏ ਕਈ ਪ੍ਰਦਰਸ਼ਨਕਾਰੀ ਬੇਹੋਸ਼ ਹੋ ਗਏ, ਜਿਨ੍ਹਾਂ ਦੀ ਹਾਲਤ ਵੀ ਨਾਜ਼ੁਕ ਹੈ। ਪ੍ਰਦਰਸ਼ਨਕਾਰੀ ਵਾਲਮੀਕਿ ਸਮਾਜ ਨਾਲ ਸੰਬੰਧਿਤ ਨੇ, ਜਿਨ੍ਹਾਂ ਪੰਚਾਇਤ ਵੱਲੋਂ ਉਹਨਾਂ ਨਾਲ ਹੁੰਦੀ ਧੱਕੇਸ਼ਾਹੀ ਨੂੰ ਬਿਆਨ ਕੀਤਾ ਤੇ ਇਸ ਨੂੰ ਖਤਮ ਕਰਨ ਲਈ ਇਹਨਾਂ ਡੀਸੀ ਦਫ਼ਤਰ ਦਾ ਘਿਰਾਓ ਕੀਤਾ। ਲਗਾਤਾਰ ਅਖਬਾਰਾਂ ਦੇ ਵਿੱਚ, ਟੀਵੀ ਨਿਊਜ਼ਾਂ ਦੇ ਵਿੱਚ ਮਾਣਯੋਗ SSP ਸਾਹਿਬ ਨੂੰ ਕਹਿ ਰਿਹਾ ਕਿ ਜੋ ਦਲਜੀਤ ਕੌਰ ਦੇ ਨਾਲ ਧੱਕੇਸ਼ਾਹੀ ਹੋਈ ਆ, ਸਰਪੰਚ ਗੁਰਜੀਤ ਸਿੰਘ ਨੇ ਕੀਤੀ ਆ ਉੱਥੋਂ ਦੇ ਨੇ, ਨਾਲੇ ਮੇਲੇ ਵਿੱਚ ਨਾਲੇ ਉਹਨਾਂ ਨੂੰ ਗਾਲੀ ਗਲੋਚ ਕੀਤਾ, ਨਾਲੇ ਜਾਤੀ ਛੂਤਕ ਸ਼ਬਦ ਬੋਲੇ ਆ। ਫਿਰ ਜਦੋਂ ਪਰਚਾ ਨਹੀਂ ਦਰਜ ਹੋਇਆ, ਉਹਨਾਂ ਦਾ ਜਿਹੜਾ ਗਵਾਹ ਆ, ਉਹਨਾਂ ਦੇ ਗਵਾਹ 'ਤੇ ਗੋਲੀਆਂ ਚਲਾਈਆਂ ਗਈਆਂ ਸ਼ਰੇਆਮ ਖਡੂਰ ਸਾਹਿਬ ਦੇ ਵਿੱਚ, ਉਹਨਾਂ ਦਾ ਵੀ ਕੋਈ ਪਰਚਾ ਨਹੀਂ ਦਰਜ ਕੀਤਾ ਗਿਆ। ਇਹੜੀ ਭੁੱਖ ਹੜਤਾਲ ਆ ਉਹਨਾਂ ਚਿਰ ਤੱਕ ਸਾਡੀ ਜਾਰੀ ਰਹੇਗੀ, ਜਿੰਨਾ ਚਿਰ ਤੱਕ ਜਿਹੜਾ SC ਐਕਟ ਦਾ ਪਰਚਾ ਨਹੀਂ ਕੀਤਾ ਜਾਂਦਾ, ਔਰ ਜਿਹੜਾ ਹੁਣ ਜੋ ਗੋਲੀਆਂ ਚਲਾਈਆਂ ਗਈਆਂ ਦੇ ਗਵਾਹ 'ਤੇ, ਉਹ ਜਿਹੜਾ ਪਰਚਾ ਦਰਜ ਕੀਤਾ ਜਾਵੇ, ਜੋ ਇਹਨਾਂ 'ਤੇ ਗਲਤ ਮਲਤ ਨਜਾਇਜ਼ ਪਰਚੇ ਕੀਤੇ ਉਹ ਰੱਦ ਕੀਤੇ ਜਾਣ। ਉੱਧਰ ਪ੍ਰਦਰਸ਼ਨਕਾਰੀ ਜਦੋਂ ਗਰਮੀ ਦੀ ਵਜ੍ਹਾ ਦੇ ਨਾਲ ਬੇਹੋਸ਼ ਹੋ ਕੇ ਡਿੱਗਣੇ ਸ਼ੁਰੂ ਹੋ ਗਏ, ਤਾਂ DC ਸਾਹਿਬ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਕਮਰੇ ਦੇ ਵਿੱਚੋਂ ਬਾਹਰ ਨਿਕਲੀ ਆਏ ਅਤੇ ਜਲਦੀ ਹੀ ਮਸਲਾ ਸੁਲਝਾਉਣ ਦੀ ਗੱਲ ਕਹੀ। ਕੱਲ ਤੋਂ ਭੁੱਖ ਹੜਤਾਲ ਤੇ ਹੈ, ਬਲੱਡ ਸ਼ੂਗਰ ਲੈਵਲ ਇਹਨਾਂ ਦਾ ਘੱਟ ਰਿਹਾ, ਇਸ ਕਰਕੇ ਕਮਜ਼ੋਰੀ ਆਉਣ ਕਰਕੇ ਥੋੜਾ ਗਰਮੀ ਦਾ ਵੀ ਅਸਰ ਹੈਗਾ। ਪੰਜ ਜਾਣੇ ਐਕਚੁਅਲੀ ਇਹ ਕੋਈ ਪੁਲਿਸ ਦਾ ਰਿਲੇਟਡ ਕੇਸ ਹੈਗਾ, ਇਹਦੇ ਵਿੱਚ ਮੈਂ SSP ਸਾਹਿਬ ਨੂੰ ਕਹਿ ਦਿੱਤਾ ਹੈਗਾ, ਪਲੱਸ ਬਾਕੀ ਜਿੰਨੇ ਵੀ ਇਹ ਬੈਠੇ ਇਹਨਾਂ ਨੂੰ 4 ਵਜੇ ਤਾਂ ਮੈਂ ਆਪ ਖੁਦ ਆ ਕੇ ਰਿਕੁਐਸਟ ਕੀਤੀ ਹੈ ਵੀ ਜਿਹੜਾ ਤੁਸੀਂ ਅੰਦਰ ਸ਼ਾਮਿਲ ਲਾ ਲਓ ਸ਼ਾਮਿਲ ਨਾ, ਠੀਕ ਹੈ। ਬਾਕੀ ਇਹਨਾਂ ਦੇ ਮੈਡੀਕਲ ਟੀਮਸ ਇੱਥੇ ਹੈਗੀਆਂ, ਤਾਂ ਸਾਰੇ ਅੰਡਰ ਕੇਅਰ ਹੈਗੇ, ਇਹੋ ਜਿਹੀ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਕਿ, ਤਾਂ ਉਮੀਦ ਆ ਵੀ ਇਹ ਥੋੜ੍ਹੇ ਟਾਈਮ 'ਚ ਜਿਹੜਾ ਹੈਗਾ ਮਸਲਾ ਸੈਟਲ ਹੋ ਜਾਵੇ। ਫਿਲਹਾਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਜਾ ਦੀ ਅਸਲੀ ਤਸਵੀਰ ਅਸੀਂ ਤੁਹਾਨੂੰ ਦਿਖਾਈ ਦਿੱਤੀ ਕਿ ਕਿਸ ਤਰ੍ਹਾਂ ਉਹ ਆਪਣੀ ਹੱਕੀ ਮੰਗਾਂ ਲਈ ਪ੍ਰਦਰਸ਼ਨ ਕਰਦੇ ਨੇ ਤੇ ਇਨਸਾਫ਼ ਫਿਰ ਵੀ ਉਹਨਾਂ ਨੂੰ ਨਹੀਂ ਮਿਲਦਾ। ਫਿਲਹਾਲ ਇਹ ਪ੍ਰਦਰਸ਼ਨਕਾਰੀ ਅਜੇ ਵੀ ਆਪਣੀਆਂ ਮੰਗਾਂ ਦੇ ਉੱਤੇ ਅੜੇ ਹੋਏ ਨੇ, ਜਿਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਕਿਹਾ ਹੈ ਕਿ ਉਹਨਾਂ ਦੀਆਂ ਮੰਗਾਂ ਜੇ ਨਾ ਮੰਨੀਆਂ ਗਈਆਂ ਤਾਂ ਇਸ ਪ੍ਰਦਰਸ਼ਨ ਨੂੰ ਜਾਰੀ ਰੱਖਣਗੇ। ਹੁਣ ਦੇਖਣਾ ਹੋਵੇਗਾ ਕਿ DC ਸਾਹਿਬ ਇਸ ਮਾਮਲੇ ਵਿੱਚ ਕਿਵੇਂ ਇਹਨਾਂ ਪ੍ਰਦਰਸ਼ਨਕਾਰੀਆਂ ਨੂੰ ਇਨਸਾਫ਼ ਦਿਲਵਾਉਣਗੇ। ਨਿਊਜ਼ ਐਕਸ ਤੋਂ ਸ਼ਹਿਰੀ ਗੌਰਵਾ ਦੇ ਨਾਲ ਵਿਜੇ ਕੁਮਾਰ, ਗਲੋਬਲ ਪੰਜਾਬ TV, ਤਰਨ ਤਾਰਨ।